ਦਾ ਪੇੜ ਕਹਿੰਦੇ ਕਿ ਜਾਸੀਆਂ ਤੇ ਰੇਡਰਾਂ ਦਾ ਜੀਨੂ ਏੜ ਗੇੜ ਕਹਿੰਦੇ ਪਹਿਲੀ ਰੇਡ ਪੈ ਰਹੀ ਹੈ ਸੈਨਲ ਦੀ ਇੱਕ ਤਾੜੀ ਮਾਰ ਦਿਓ ਜ਼ੋਰਦਾਰ ਆਹ ਵੇਖੋ ਵੀ ਵੱਡੇ ਮੈਚ ਦੇ ਫੈਸਲੇ ਭੋਲੇ ਨੇ ਕਬੱਡੀ ਪਾ ਦਿੱਤੀ ਹੈ ਖੇਡ ਗਰਾਊਂਡ ਦੇ ਵਿੱਚ ਬਿੱਲਿਆ ਬਲਵੇੜੇ ਵਾਲਿਆ ਦੁਨੀਆ ਸੈਨ ਹੈ ਤੇਰੇ ਜੱਫਿਆਂ ਦੀ ਦੁਨੀਆ ਸੈਨ ਹੈ ਤੇਰੇ ਜੱਫਿਆਂ ਦੀ ਇੱਕ ਪਾਸੇ ਜੱਫਿਆਂ ਦੀ ਮਸ਼ੀਨ ਜੱਫਿਆਂ ਦੀ ਮਸ਼ੀਨ ਆਹ ਬਲਵੇੜੇ ਵਾਲਾ ਆਹ ਬਲਵੇੜੇ ਵਾਲਾ ਬਿੱਲਾ ਵੇਰ ਵੇਰ ਕੇ ਜੱਫੇ ਆਹ ਪਹਿਲੀ ਕਬੱਡੀ ਦੇ ਉੱਤੇ ਪਹਿਲੀ ਕਬੱਡੀ ਦੇ ਉੱਤੇ ਖੜਕਾ ਦੜਕਾ ਆਏ ਕਹਿੰਦੇ ਜੱਫਿਆਂ ਦੀ ਮਸ਼ੀਨ ਪਰ ਥੋੜ੍ਹੀ ਸੱਟ ਮਹਿਸੂਸ ਕਰ ਰਹੇ ਪਲੇਅਰ ਕੋਈ ਗੱਲ ਨਹੀਂ ਦਾਦਾ ਮੇਰ ਰੱਖੇ ਵੀ ਕਿਸੇ ਖਿਡਾਰੀ ਨੂੰ ਸੱਟ ਨਾ ਲੱਗੇ ਕਿਸੇ ਖਿਡਾਰੀ ਨੂੰ ਕੋਈ ਸੱਟ ਨਾ ਲੱਗੇ ਪਹਿਲਾ ਜੱਫਾ ਲਾ ਕੇ ਬਲਵੇੜੇ ਵਾਲਾ ਬਿੱਲਾ ਮੋਟਰਸਾਈਕਲ 'ਤੇ ਬਹਿ ਗਿਆ ਮੋਟਰਸਾਈਕਲ 'ਤੇ ਕਹਿੰਦਾ ਬਹਿ ਗਿਆ ਪਹਿਲਾ ਜੱਫਾ ਲਾ ਕੇ ਨੌਜਵਾਨ ਕਹਿੰਦਾ ਵੀ ਰਾਹੁਲ ਨੂੰ ਲਾਇਆ ਜੱਫਾ ਛੱਜੂਗੜ ਵਾਲੇ ਨੂੰ ਹਲਕੀ ਜੀ ਸੱਟ ਮਹਿਸੂਸ ਕਰ ਰਿਹਾ ਨੌਜਵਾਨ ਇਸ ਸਮੇਂ ਗਰਾਊਂਡ ਦੇ ਵਿੱਚ ਫਾਈਨਲ ਮੈਚ ਜਿਹੜਾ ਅੱਜ ਦੇ ਕਬੱਡੀ ਕੱਪ ਦਾ ਖੇਡਿਆ ਜਾ ਰਿਹਾ ਹੈ ਬਸਤਾੜੇ ਦੀ ਧਰਤੀ ਹੈ ਬਾਈ ਸੈਡ 'ਚ ਹੋ ਕੇ ਕਿਉਂਕਿ ਇਕੱਠ ਨਹੀਂ ਕਰਨਾ ਬੰਬਾਲਾ ਆਏ ਕਾਲੀ ਛਾਤਰ ਪਿੰਡ ਵਾਲਾ ਇਹ ਹੈ ਕਾਲੀ ਛਾਤਰ ਪਿੰਡ ਵਾਲਾ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਪੰਕਜ ਆਸਟ੍ਰੇਲੀਆ ਅਤੇ ਪ੍ਰਵੀਨ ਆਸਟ੍ਰੇਲੀਆ ਵੱਲੋਂ ਕਾਲੀ ਛਾਤਰ ਦੀਆਂ ਤਿੰਨ ਕਬੱਡੀਆਂ ਦੇ 500 ਰੁਪਈਆ ਲੱਗ ਗਿਆ ਕਾਲੀ ਛਾਤਰ ਦੀਆਂ ਤਿੰਨ ਕਬੱਡੀਆਂ ਦੇ 500 ਲੱਗ ਚੁੱਕੇ ਆ ਲੈ ਵੀ ਛਾਤਰ ਵਾਲਿਆ ਪੰਕਜ ਆਸਟ੍ਰੇਲੀਆ ਅਤੇ ਪ੍ਰਵੀਨ ਪਹਿਲਵਾਨ ਵੱਲੋਂ 500 ਰੁਪਈਆ ਤੇਰੀਆਂ ਤਿੰਨ ਕਬੱਡੀਆਂ 'ਤੇ ਹੋਵੇਗਾ ਜ਼ਰੂਰ ਨੌਜਵਾਨ ਪਲੇਅਰ ਵਾਰਨਾ ਬ੍ਰਹਿਣ ਜੀ ਕਿਉਂਕਿ ਠੰਡ ਜ਼ਿਆਦਾ ਹੈ ਹੱਡ ਜਿਹੜੇ ਗਰਮ ਕਰ ਲਓ ਆਪਣੇ ਵਾਰਨਾ ਬ੍ਰਹਿਣ ਪਲੇਅਰ ਇਹ ਬੇਨਤੀ ਹੈ ਪਲੇਅਰਾਂ ਨੂੰ ਕਿਉਂਕਿ ਸਮਾਂ ਵੀ ਬਹੁਤ ਹੋ ਗਿਆ ਡੀ ਪੀ ਸਾਹਿਬ ਜੀ ਠੰਡ ਦਾ ਟਾਈਮ ਹੈ ਮੈਂ ਸੱਚੇ ਮਹਾਰਾਜ ਦੇ ਚਰਨਾਂ ਦੇ ਵਿੱਚ ਇਹੀ ਅਰਦਾਸ ਕਰਦਾ ਵੀ ਜਿਵੇਂ ਇਹ ਘਰਾਂ ਤੋਂ ਹੱਸਦੇ ਆਏ ਆ ਨਾ ਇਵੇਂ ਘਰਾਂ ਨੂੰ ਹੱਸਦੇ ਜਾਣ ਬਲਵੇੜੇ ਵਾਲਿਆ ਇਹੀ ਅਰਦਾਸ ਹੈ ਸੱਚੇ ਮਹਾਰਾਜ ਦੇ ਚਰਨਾਂ ਦੇ ਵਿੱਚ ਲਾਓ 500 ਤਿੰਨ ਕਬੱਡੀਆਂ ਦੇ ਪ੍ਰਵੀਨ ਪਹਿਲਵਾਨ ਸਾਡਾ ਵੀਰ ਪੰਕਜ ਆਸਟ੍ਰੇਲੀਆ ਵੱਲੋਂ 500 ਕਾਲੀ ਦੀਆਂ ਤਿੰਨ ਕਬੱਡੀਆਂ 'ਤੇ ਲੱਗਿਆ ਹੋਇਆ ਇਹ ਹੈ ਮਲਿੰਗਾ ਮਲਿੰਗੇ ਨਾਲ ਟੱਚ ਹੋਇਆ ਅਤੇ ਪੁਆਇੰਟ ਜਿਹੜਾ ਇਸ ਸਮੇਂ ਕਾਲੀ ਛਾਤਰ ਵਾਲਾ ਆਪਦੀ ਟੀਮ ਦੇ ਹਿੱਸੇ ਜੁੜ ਚੁੱਕਿਆ ਹੈ ਲੈ ਵੀ ਬਿੰਦਰ ਅੰਕਸ ਆ ਗਿਆ ਬਬੈਲ ਵਾਲਾ ਅਤੇ ਕਰ ਗੱਲ ਨੌਜਵਾਨ ਫਿਰ ਰੇਡ ਕਰਨ ਦੇ ਲਈ ਦਰਸ਼ਕ ਸਾਥੀਓ ਅੰਕੁਸ਼ ਬਬੈਲ ਜ਼ਿਲ੍ਹਾ ਪਾਣੀਪਤ ਸਟੋਪਰ ਚਾਰ ਚਾਰੋ ਤਿਆਰ ਬਿੱਲਾ ਬਲਵੇੜਾ ਮਨੋਜ ਛਾਤਰ ਪੌਨਾ ਛਾਤਰ ਔਰ ਮੋਹਿਤ ਡੀਗ ਰੇਡ ਪਰ ਹੈ ਅੰਕੁਸ਼ ਬਬੈਲ ਔਰ ਮੋਹਿਤ ਡੀਗ ਕੇ ਸਾਥ ਫਾਈਟ ਯੇ ਹੈ ਮੋਹਿਤ ਡੀਗ ਔਰ ਅੰਕੁਸ਼ ਬਬੈਲ ਯੇ ਹੈ ਅੰਕੁਸ਼ ਬਬੈਲ ਮੋਹਿਤ ਡੀਗ ਕੋ ਟੱਚ ਕੀਆ ਪੁਆਇੰਟ ਜਾਏਗਾ ਅੰਕੁਸ਼ ਬਬੈਲ ਕੋ ਲੈ ਵੀ ਗੁਰਵਿੰਦਰ ਸ਼ਾਹ ਛੇੜ ਕਹਾਣੀ ਆ ਇਹ ਮੁੰਡਾ ਕਹਿੰਦਾ ਬੀਕਾ ਛਾਦਰ ਦੀ ਧਰਤੀ ਦਾ ਮੇਰੇ ਮਿੱਤਰੋ ਬੀਕੇ ਨੇ ਕਹਿੰਦਾ ਅੱਜ ਕੱਲ੍ਹ ਮੇਲਾ ਲੁੱਟਿਆ ਹੋਇਆ ਲੈ ਵੀ ਛੱਜੂਗੜੀ ਵਾਲਿਆ ਉਹ ਰਣਦੀਪ ਜੱਫਾ ਲਾਉਣਾ ਪੈਣਾ ਮਲਿੰਗਾ ਰਣਦੀਪ ਹੈ ਚਾਰਾਂ ਦੇ ਵਿੱਚ ਹੋਇਆ ਰਣਦੀਪ ਛੱਜੂਗੜੀ ਵਾਲਾ ਪਰ ਕਹਿੰਦਾ ਵੀ ਇਸ ਸਮੇਂ ਬਿੱਕਾ ਭੱਜ ਤੁਰਿਆ ਰਾਹੁਲ ਆ ਗਿਆ ਕਬੱਡੀ ਪਾਉਣ ਦੇ ਲਈ ਪਰ ਮੈਂ ਵੇਖਾਂਗਾ ਵੀ ਚਾਰ ਸਟੋਪਰ ਐਨ ਤਿਆਰੀ ਦੇ ਵਿੱਚ ਹੈ ਬਿੱਲੇ ਨੇ ਕਹਿੰਦਾ ਜੱਫਾ ਲਾ ਕੇ ਮੋਟਰਸਾਈਕਲ ਦੀ ਉੱਤੇ ਬਹਿ ਗਿਆ ਤੇ ਡੀਗ ਵਾਲਾ ਕਹਿੰਦਾ ਹੁਣ ਪਰ ਕਹਿੰਦਾ ਹੋਇਆ ਬਲਵੇੜੇ ਕਾਠਿਆਂ ਵਾਲਾ ਬਿੱਲਾ ਬਲਵੇੜੇ ਵਾਲਾ ਬਿੱਲਾ ਬਲਵੇੜੇ ਵਾਲਾ ਬਿੱਲਾ ਬਲਵੇੜੇ ਦੀ ਧਰਤੀ ਦਾ ਲੈ ਵੀ ਇੱਕ ਮੋਟਰਸਾਈਕਲ ਬਿੱਲਿਆ ਹੁਣ ਤੇਰਾ ਪੱਕਾ ਹੱਥ ਹੈ ਮੋਟਰਸਾਈਕਲ ਦੇ ਉੱਤੇ ਇਧਰਲੇ ਪਾਸੇ ਅਜੇ ਖਾਤਾ ਨਹੀਂ ਖੁੱਲਿਆ ਉਹ ਕਾਲੀ ਦੀ ਰੇਡ ਪੈ ਰਹੀ ਹੈ ਓਏ ਮਲਿੰਗਿਆ ਛੱਜੂਗੜ ਵਾਲਿਆ 500 ਦੀ ਰੇਡ ਇੱਕ ਪਾਸੇ ਵੇਖਾਂ ਵੀ ਰਣਦੀਪ ਹੈ ਇੱਕ ਪਾਸੇ ਭੱਜੋਏ ਮਿੱਤਰਾ ਭੱਜੋਏ ਮਿੱਤਰਾ ਪੁਆਇੰਟ ਇਸ ਵੇਲੇ ਕਾਲੀ ਨੇ ਜੋੜ ਦਿੱਤਾ ਆਪਦੀ ਟੀਮ ਦੇ ਹਿੱਸੇ ਦੇ ਵਿੱਚ ਜੱਟ ਨੇ ਵੀ ਪਹਿਲਾਂ ਜੱਫੇ ਲਏ ਹੈ ਰਣਦੀਪ ਨੂੰ ਟੱਚ ਹੈ ਜੀ
ਪਹਿਲਾਂ ਵੇਖਾਂ ਵੀ ਜੱਸੇ ਜਿਹੜੇ ਲਾਏ ਆ ਕਹਿੰਦੇ ਵੀ ਇਸ ਵੇਲੇ ਜੱਟ ਨੇ ਵੀ ਜੱਟ ਬਸਤਾਰੇ ਵਾਲਾ ਵੀ ਮਾਣ ਹੈ ਸਾਡੀ ਖੇਡ ਕਬੱਡੀ ਦਾ ਬਾਈ ਕਮੇਟੀ ਵਾਲੇ ਕਹਿੰਦੇ ਆ ਵੀ ਮਾਣ ਹੈ ਸਾਨੂੰ ਜੱਟ ਦੀ ਖੇਡ ਦੇ ਉੱਤੇ ਮੁੰਡਾ ਫੈਨ ਹੈ ਜਲਾਲਪੁਰ ਵਾਲੇ ਕਲੋਜ ਫਾਈਟਰ ਦਾ ਫੈਨ ਹੈ ਪਰੀ ਕਬਾਸੇ ਕੌਣ ਹੈ ਆਹ ਹਰਿਆਣੇ ਦਾ ਕਲੋਜ ਫਾਈਟਰ ਹਰਿਆਣੇ ਦਾ ਕਲੋਜ ਫਾਈਟਰ ਹਰਿਆਣੇ ਦਾ ਕਲੋਜ ਫਾਈਟਰ ਬਵੈਲ ਵਾਲਾ ਅੰਕੁਸ਼ ਮੇਰੇ ਮਿੱਤਰੋ ਕਹਿੰਦਾ ਬਿੱਲੇ ਨੂੰ ਗੱਡੀ ਦੇਣੀ ਹੈ ਸਰੇਸ ਦੇ ਕਬੱਡੀ ਕੱਪ ਨੇ ਬਲਵੇੜੇ ਵਾਲੇ ਸਰੇਸ ਦੇ ਕਬੱਡੀ ਕੱਪ ਨੇ ਬਿੱਲੇ ਨੂੰ ਗੱਡੀ ਮਿਲਣੀ ਹੈ ਸਵਿਫਟ ਪਰ ਬਿੱਕਾ ਛਾਤਰ ਵਾਲਾ ਮਲਿੰਗਾ ਆਹ ਮਲਿੰਗੇ ਨੂੰ ਡੱਜ ਹੋਇਆ ਸਾਡੇ ਵੀਰ ਐਨ ਜੇ ਐਸ ਯੂ ਗਰੁੱਪ ਕਾਂਸੀ ਖਲੋਦਾ ਪ੍ਰੈਜੀਡੈਂਟ ਸਾਹਿਬ ਜਿਹੜੇ ਇੰਗਲੈਂਡ ਤੋਂ ਲਾਈਵ ਜੋੜੇ ਆ ਬਿੱਲੇ ਦੇ ਜੱਫੇ ਦੇ ਜਿਹੜੇ 500 ਦੇ ਮਾਨਸਨ ਬਿੱਲੇ ਦੇ ਜੱਫੇ ਦੇ ਇੰਗਲੈਂਡ ਤੋਂ ਲਾਈਵ ਜੁੜੇ ਆ ਬਿੱਲੇ ਦੁਨੀਆ ਤੈਨੂੰ ਸਮੁੰਦਰਾਂ ਤੋਂ ਪਾਰ ਬੈਠ ਕੇ ਵੇਖ ਰਹੀ ਹੈ ਉਹ ਵੱਖਰਾ ਨਾਜ ਉਹ ਬੱਲੇ 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 ਉਹ ਬਸਤਾਰੇ ਵਾਲਿਓ ਆਉਂਦਾ ਸਵਾਲ ਆ ਵੇਖੋ ਬਲਵੇੜੇ ਵਾਲਾ ਐਵੇਂ ਨੀ ਦੁਨੀਆ ਐਵੇਂ ਨੀ ਦੁਨੀਆ ਕਹਿੰਦੀ ਬਲਵੇੜੇ ਵਾਲਾ ਕਲੋਜ ਫਾਈਟਰ 542 ਲਾਸਟ ਰੇਟ 500 ਦੀ ਲਾਸਟ ਰੇਟ ਹੈ ਜੀ ਇਸ ਵੇਲੇ ਖੇਡ ਗਰਾਊਂਡ ਦੇ ਵਿੱਚ ਲੈ ਵੀ ਵੀਰ 500 ਬਿੱਲੇ ਨੂੰ ਪੁੱਜਦੇ ਕਰਦੇ ਲੈ ਵੀ ਗੁਰਵਿੰਦਰਾ ਕਰ ਗੱਲ ਇਸ ਕਬੱਡੀ ਦੇ ਉੱਤੇ ਇਹ ਕਹਿਣਾ ਵੀ ਪ੍ਰਵੀਨ ਭਲਵਾਨ ਵੱਲੋਂ ਸਾਡੇ ਵੀਰ ਵੱਲੋਂ ਕਹਿਣਾ ਵੀ 500 ਦੀ ਲਾਸਟ ਕਬੱਡੀ ਹੈ ਆ ਕਹਿਣਾ ਕਾਲੀ ਗੋਲ ਮਾਰ ਬਿੱਲੇ ਦੀ ਹਰ ਜੱਫੇ ਦੇ ਉੱਤੇ 500 ਦਿੱਤੇ ਜਾਣੇ ਆ ਸਾਡੇ ਵੀਰ ਪ੍ਰਤੀਕ ਕੈਚ ਜਿਹੜੀ 500 ਦੀ ਹੈ ਆ ਬਵੈਲ ਵਾਲੇ ਦੀ ਰੇਡ ਪੈ ਰਹੀ ਹੈ ਬਵੈਲ ਵਾਲੇ ਦੀ ਰੇਡ ਪੈ ਰਹੀ ਹੈ ਔਰ ਬਿੱਲੇ ਦਾ ਕਬਜ਼ਾ ਮੋਟਰਸਾਈਕਲ ਦੇ ਉੱਤੇ ਹੈ ਸਿਟੀ 100 ਦੇ ਉੱਤੇ ਹੈ ਬਿੱਲੇ ਨੇ ਆਪਣਾ ਨਾਮ ਲਿਖ ਦਿੱਤਾ ਆ ਵੇਖੋ ਵੀ ਇਸ ਵੇਲੇ ਗੱਲ ਵੱਖਰੀ ਹੈ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਆ ਪੁੱਠੀ ਵੱਜ ਚੁੱਕੀ ਹੈ ਨੌਜਵਾਨ ਇਸ ਵੇਲੇ ਡੀਕ ਵਾਲਾ ਲਾਂਜਫਾ ਇੱਕ ਪੁਆਇੰਟ ਆਪਦੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ ਬੀਕੇ ਦੀ ਰੇਡ ਪੈ ਰਹੀ ਹੈ ਟੱਕਰ ਸ਼ੇਰਾਂ ਨਹੀਂ ਹੈ ਪਰ ਭੈਣ ਜਿਹੜਾ ਬੀਕਾ ਛਾਤਰ ਪਿੰਡ ਵਾਲਾ ਆਪਦੀ ਟੀਮ ਦੇ ਸੇ ਜੋੜ ਚੁੱਕਿਆ ਹੈ ਔਰ ਇਹ ਹੈ ਕਾਲਾ ਛਾਜੂਗੜੀ ਵਾਲਾ ਖੇਲ ਮੈਦਾਨ ਗਿਰ ਬੜਤਾ ਹੁਆ ਸਟੋਪਰ 4 ਇਹ ਹੈ ਬਿੱਲਾ ਵਲਵੇੜਾ ਹਰਿਆਣੇ ਕੇ ਸਾਰੇ ਰੇਡਰਾਂ ਤੇ ਦਿਆ ਜਿਸਨੇ ਗੇੜਾ ਹੈ ਹੋਰ ਕੋਈ ਨਹੀਂ ਸਾਥੀਓ ਬਿੱਲਾ ਵਲਵੇੜਾ ਹੈ ਲੈ ਵੀ ਗੁਰਵਿੰਦਰ ਸ਼ਾਹ ਛੇੜ ਕਹਾਣੀ ਬਿੱਲੇ ਨੇ ਕਹਿਣਾ ਵੀ ਹੁਣ ਹੱਕ ਲਿਆ ਭੇਵੇ ਵੱਲ ਨੂੰ ਪਾ ਲਿਆ ਕੁਰਛੇਤਰ ਤੋਂ ਲੈ ਅੱਜ ਕਹਿੰਦਾ ਵੀ ਭੇਵੇ ਪਹੁੰਚ ਚੁੱਕਿਆ ਮੈਨੂੰ ਲੱਗਦਾ ਬਿੱਲੇ ਦਾ ਮੋਟਰਸਾਈਕਲ ਸਿੱਟੀ ਸਾਓ ਕਹਿੰਦਾ ਵੀ ਹੁਣ ਛੂਕਦਾ ਜਾਊਗਾ ਫਿਰ ਬਲਵੇੜੇ ਕਾਟ ਗਿਆ ਦੀਆਂ ਗਲੀਆਂ ਦੇ ਵਿੱਚ ਲਾ ਰਾਤੀ ਕਹਿੰਦਾ ਵੀ 12-1 ਵਜੇ ਜਿਹੜਾ ਪਹੁੰਚ ਜਾਵੇਗਾ ਮੋਟਰਸਾਈਕਲ ਪਰ ਆ ਗਿਆ ਮੁੰਡਾ ਆਏ ਰਣਦੀਪ ਕਹਿੰਦਾ ਇਸ ਸਮੇਂ ਨੌਜਵਾਨ ਰਾਹੁਲ ਕਬੱਡੀ ਪਾ ਰਿਹਾ ਹੈ ਰਾਹੁਲ ਦੀ ਕਬੱਡੀ ਹੈ ਰਣਦੀਪ ਨੇ ਕੈਚ ਕੀ ਹੈ ਜੀ ਠੀਕ ਹੈ ਜੀ ਰਣਦੀਪ ਨੇ ਕੈਚ ਕੀ ਹੋਰ ਰੇਡ ਪਰ ਹੈ ਬੋਲਾ ਛਾਜੂ ਗੜੀ ਇਹ ਹੈ ਮੋਹਿਤ ਡੀਗ ਕੈਚ ਕੀ ਕੋਸ਼ਿਸ਼ ਹੈ ਬੋਲਾ ਛਾਜੂ ਗੜੀ ਕੋ ਬੋਲਾ ਛਾਜੂ ਗੜੀ ਉਹ ਕੈਚ ਲਗਾਈ ਮੋਹਿਤ ਡੀਗ ਨੇ ਲੈ ਵੀ ਗੁਰਵਿੰਦਰ ਬਿੱਕਾ ਰੇਡ ਤੇ ਆ ਗਿਆ ਛੇੜ ਕਾਣੀ ਲਾਓ ਛਾਤਰ ਵਾਲਾ ਬਿੱਕਾ ਕਬੱਡੀ ਪਾ ਰਿਹਾ ਪਰ ਮੈਂ ਵੇਖਾਂਗਾ ਰਣਦੀਪ ਉਹ ਜੱਫਾ ਲਾਉਣਾ ਪੈਣਾ ਲੈ ਵੀ ਮਲਿੰਗਿਆ ਪਰ ਚਾਰਾਂ ਦੇ ਵਿੱਚ ਆ ਰਣਦੀਪ ਹੈ ਛਾਜੂ ਗੜੀ ਵਾਲਾ ਪਰ ਬਿੱਕਾ ਭੱਜ ਤੁਰਿਆ ਮੈਦਾਨ ਦੇ ਵਿੱਚ ਇੱਕ ਲੱਖਾਂ ਜਾ ਕੇ ਜੁੜ ਗਿਆ ਔਰ ਆ ਗਿਆ ਅੰਕੁਸ਼ ਬਵੈਲ ਜ਼ਿਲ੍ਹਾ ਪਾਣੀਪਤ ਛਾਜੂ ਗੜੀ ਦੀ ਤਰਫ ਸੇ ਖੇਲ ਮੈਦਾਨ ਪਰ ਬਿੱਲਾ ਵਲਵੇੜਾ ਕੇਮਲ ਪੈਰ ਸਰੀਰਾਂ ਦੇ ਜਿਹੜੇ ਲਾਈਆਂ ਮੈਂ ਤਾਂ ਉੱਠ ਕੇ ਤਨ ਚੋਰ ਜਵਾਨਾਂ ਦਾ ਲੈ ਜਣ ਭਰਿਆ ਮੇਲਾ ਲੁੱਟ ਕੇ ਔਰ ਬਿੱਲਾ ਵਲਵੇੜਾ ਨੇ ਕੈਚ ਲਗਾਈ ਔਰ ਅੰਕੁਸ਼ ਬਵੈਲ ਕੋ ਬਿੱਲੇ ਨੇ ਜੱਫਾ ਲਾ ਦਿੱਤਾ ਬਿੱਲਾ ਵਲਵੇੜਾ ਬਿੱਲੇ ਅੱਜ ਬਲਵੇੜੇ ਵਾਲੇ ਤੋਂ ਵੀ ਦੇਖਦੇ ਹੋਣੇ ਲਾਈਵ ਅੱਜ ਇੱਕ ਮੋਟਰਸਾਈਕਲ ਬਲਵੇੜੇ ਨੂੰ ਜਾਵੇਗਾ
खेल मैदान पर रेड करने के लिए लावे गुरविंदरा लाओ वेखो भी इक पासे डीग वाला आओ बल्ले 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 के बेलिया दे पिंड विच दी केड़ा मार के खंगूरा सुक्का लंग जू बेलिया दे पिंड विच दी केड़ा मार के खंगूरा सुक्का लंग जू रेड बिके दी पैरी है छज्जू गढ़ वालिया ओए सुक्का ना जावे हुण सुक्का ना जावे मलिंगिया खिच तैयारी खिच तैयारी खिच तैयारी समा समा बीतदा जांदा समा बीतदा जांदा एक पासे आ वेखो भी मलिंगा पर पॉइंट बीके दे हिस्से दे विच जुड़ चुके है पॉइंट बीके दे हिस्से है के बेली बनदे ने अज दे न्याणे बल्लीए असी बोलदे नी खुंडहा पुराने बल्लीए असी बोलदे नी खुंडहा पुराने बल्लीए गल्लां वखरियां अज बस्ताड़े दे कबड्डी कप दियां ਬਾਈ ਲੈਟ ਲੈਟ ਜਿਹੜੀ ਉਧਰ ਗੱਡੀ ਵਾਲਾ ਭਰਾ ਨੂੰ ਬੇਨਤੀ ਹੈ ਲੈਟ ਬੰਦ ਕਰ ਲੈ ਲੈ ਵੀ ਵੀਰ ਸਾਈਡ ਤੇ ਕਰ ਲੈ ਜਾਂ ਤਾਂ ਹਾਫ ਟਾਈਮ ਹੋ ਗਿਆ ਜੀ ਕਿੰਨੇ ਕਿੰਨੇ ਪੁਆਇੰਟ ਹੈ ਆਪਾਂ ਜ਼ਰੂਰ ਦੱਸਾਂਗੇ 16 ਪੁਆਇੰਟ ਹੈ ਛਾਤਰ ਦੇ ਛੱਜੂਗੜੀ ਦੇ ਪੁਆਇੰਟ ਹੈ 4 ਛੱਜੂਗੜੀ ਦੇ 4 ਪਰ ਅਜੇ ਅੱਧਾ ਸਮਾਂ ਬਾਕੀ ਹੈ ਕੁਝ ਵੀ ਹੋ ਸਕਦਾ ਤਿਆਰ ਮੈਦਾਨ ਦੇ ਵਿੱਚ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਕਿ ਅਜੇ ਤੇ ਤੀਰ ਕਮਾਨ ਦੇ ਵਿੱਚ ਕੁਝ ਵੀ ਹੋ ਸਕਦਾ ਹਾਲੇ ਤਾਂ ਤੀਰ ਲਓ ਬਵੈਲ ਵਾਲਾ ਇਸ ਵੇਲੇ ਫੇਰ ਕਬੱਡੀ ਪਾਉਣ ਚੱਲਿਆ ਹੈ ਕਿ ਚੁੱਕ ਕੇ ਮਿੱਟੀ ਗਰਾਉਂਡ ਦੀ ਕਹਿੰਦਾ ਮੱਥੇ ਦੇ ਨਾਲ ਲਾਈ ਬੀਚ ਕੇ ਅੱਖਾਂ ਦਿਲ ਦੇ ਵਿੱਚ ਇੱਕੋ ਗੱਲ ਧਿਆਈ ਤੇਰੀ ਰਹਿਮਤ ਦੇ ਨਾਲ ਮੇਰੇ ਸਿਰ ਤੇ ਸੱਜ ਜਾਣਾ ਏ ਤਾਜ ਮੈਂ ਚੱਲਿਆ ਕਬੱਡੀ ਪਾਉਣ ਪਰਮਾਨੰਦ ਗੁਰੂ ਜੀ ਮੇਰੀ ਰੱਖ ਲਿਓ ਲਾਜ ਆ ਵੇਖੋ ਵੀ ਉਹ ਡੀਗ ਵਾਲਾ ਆ ਮੋਹਿਤ ਕਹਿੰਦੇ ਡੀਗ ਵਾਲਾ ਔਰ ਆ ਮੋਹਿਤ ਡੀਗ ਨੇ ਕੈਚ ਲਗਾਈ ਅੰਕੁਸ਼ ਮੋਬਾਈਲ ਕੋ ਅਬ ਰੇਡ ਕਰਨੇ ਕੇ ਲਈ ਆਏਗਾ ਯਸਪਾਲ ਉਰਫ ਕਾਲੀ ਛਾਤਰ ਜ਼ਿਲ੍ਹਾ ਜੀਂਦ ਧਰਤੀ ਮਾਂ ਕੋ ਟੇਕ ਕੇ ਮੱਥਾ ਕਰ ਨਮਸਕਾਰ ਲਵੀ ਰਣਦੀਪ ਹੋ ਵੀ ਤਕੜਾ ਨੌਜਵਾਨ ਇੱਕ ਕਾਰਨਰ ਪਰ ਰਣਦੀਪ ਛਾਜੂ ਗੱਡੀ ਇੱਕ ਕਾਰਨਰ ਰਾਹੁਲ ਛਾਜੂ ਗੱਡੀ ਔਰ ਰਣਦੀਪ ਰਣਦੀਪ ਕੋ ਟੱਚ ਪੁਆਇੰਟ ਜਾਏਗਾ ਕਾਲੀ ਛਾਤਰ ਕੋ ਕਾਲੀ ਸਫਲ ਲਵੀ ਗੁਰਵਿੰਦਰ ਛੇੜ ਕਾਣੀ ਰਵਿੰਦਰ ਇੱਕ ਮਿੰਟ ਬੀਕੇ ਛਾਤਰ ਦੀਆਂ ਤਿੰਨ ਕਬੱਡੀਆਂ ਦੇ 500 ਲੱਗਿਆ ਪਰਵੀਨ ਤੇ ਸਾਡਾ ਵੱਡਾ ਵੀਰ ਪੰਕਜ ਆਸਟ੍ਰੇਲੀਆ 500 ਬੀਕੇ ਦੀਆਂ ਤਿੰਨ ਕਬੱਡੀਆਂ ਦੇ ਲਵੀ ਗੁਰਵਿੰਦਰ ਅੱਧਾ ਅੱਧਾ ਬੋਲਾਂਗੇ ਵੀਰੇ ਲਵੀ ਪਵਾ ਦੇ ਦੋ ਦੋ ਕਬੱਡੀਆਂ ਹੋਰ ਪਵਾ ਦਈਏ ਦੋ ਦੋ ਕਬੱਡੀਆਂ ਪਵਾ ਦਈਏ ਆਪਾਂ ਹਾਂ ਜੀ ਰਾਜੇਸ਼ ਬਸਤਾੜਾ ਜੀ ਇੱਕ ਵਾਰ ਬਤਾਏ ਔਰ ਕਮੈਂਟਰੀ ਦਾ ਫੈਸਲਾ ਹੈ ਜੀ ਮੈਚ ਸਮਾਪਤ ਇੱਕ ਵਾਰੀ ਆਪਾਂ ਬੈਸਟ ਰੇਡਰ ਤੇ ਕੈਚਰ ਦੱਸ ਦਈਏ ਫਸਟ ਜਿਹੜੀ ਟੀਮ 76 ਔਰ ਸੈਕਿੰਡ ਛੱਜੂਗੜੀ ਜੇਕਰ ਕਿਸੇ ਵੀਰ ਦੇ ਖਿਲਾਫ ਕੋਈ ਵਾਧੂ ਸ਼ਬਦ ਬੋਲਿਆ ਹੋਵੇ ਤੇ ਮਾਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ